ਲੱਗਦਾ ਕਿ ਬਹੁਤ ਸੋਚ ਸਮਝ ਕੇ ਤੁਹਾਨੂੰ ਬੋਲਣਾ ਚਾਹੀਦਾ ਸੀ। ਮੈਂ ਸਮਝਣਾ ਬਹੁਤ ਮਾੜੀ ਗੱਲ ਏ। ਉਹਨਾਂ ਦਾ ਹੱਕ ਬਣਦਾ ਏ, ਸਾਰੀ ਜੋ ਵੀ ਪ੍ਰਤੀਕਿਰਿਆ ਆਈ ਆ ਉਹ ਮੈਂ ਪੋਜ਼ਿਟਿਵ ਵੇ ਨਾਲ ਹੀ ਲੈਣਾ। ਇਹ ਲੋਕ ਬਾਬਾ ਨਾਨਕ ਦੇ ਇਹ 100 ਜਨਮ ਪੈਰ ਧੋ ਕੇ ਪੀਣ ਫਿਰ ਵੀ ਇਹ ਮਾਫੀ ਦੇ ਕਾਬਿਲ ਨਹੀਂ ਹੋ ਸਕਦਾ। ਮੈਂ ਨੱਕ ਰਗੜਨ ਨੂੰ ਵੀ ਤਿਆਰ ਹਾਂ। ਇੱਕ ਵਾਰੀ ਫੇਰ ਆ ਜਾ ਬਾਬਾ ਨਾਨਕਾ, ਲੋਕਾਂ ਦੇ ਮਨਾਂ ਦੇ ਵਿੱਚ ਪਈਆਂ ਦੂਰੀਆਂ, ਲੋਕਾਂ ਦੇ ਮਨਾਂ ਦੇ ਵਿੱਚੋਂ ਪਿਆਰ ਮੁੱਕਿਆ, ਲੋਕਾਂ ਦੇ ਮਨਾਂ ਦੇ ਵਿੱਚੋਂ ਪਿਆਰ ਮੁੱਕਿਆ, ਲੰਘਦੇ ਨੇ ਕੋਲੋਂ ਵੱਟ ਵੱਟ ਕੂਰੀਆਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡੇ ਨਾਲ ਮੈਂ ਅੰਮ੍ਰਿਤਾ ਗਰਗ। ਬੜੀ ਖਬਰ ਦੀ ਗੱਲ ਕਰਾਂਗੇ ਜਿੱਥੇ ਵਿਵਾਦਾਂ ਦੇ ਵਿੱਚ ਇੱਕ ਹੋਰ ਪੰਜਾਬੀ ਗਾਇਕ ਨੇ, ਗਾਇਕ ਪ੍ਰੀਤ ਹਰਪਾਲ, ਜਿਨ੍ਹਾਂ ਦਾ ਟਿਕਟੋਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰਦੇ ਪ੍ਰੀਤ ਹਰਪਾਲ ਨਜ਼ਰ ਆ ਰਹੇ ਨੇ। ਗਾਇਕ ਪ੍ਰੀਤ ਹਰਪਾਲ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਤੇ ਇਸ ਦੇ ਵਿੱਚ ਇਲਜ਼ਾਮ ਜੋ ਲੱਗ ਰਹੇ ਨੇ ਉਹ ਇਹ ਕਿ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸੋ ਮੁੱਦਾ ਵਿਵਾਦਾਂ ਦੇ ਵਿੱਚ ਹੈ ਤੇ ਵਿਵਾਦਾਂ ਦੇ ਵਿੱਚ ਨੇ ਗਾਇਕ ਪ੍ਰੀਤ ਹਰਪਾਲ। ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਪ੍ਰੀਤ ਹਰਪਾਲ ਖੁਦ। ਪ੍ਰੀਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜ਼ੀ ਮੀਡੀਆ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪ੍ਰੀਤ ਹਰਪਾਲ ਇੱਕ ਨਾਮੀ ਸ਼ਖਸੀਅਤ ਨੇ, ਨੌਜਵਾਨ ਤੁਹਾਨੂੰ ਫੋਲੋ ਕਰਦੇ ਨੇ, ਇਸ ਤਰ੍ਹਾਂ ਦੀ ਸ਼ਬਦਾਵਲੀ ਜਦੋਂ ਸਾਹਮਣੇ ਆਉਂਦੀ ਹੈ ਪਹਿਲਾਂ ਤਾਂ ਇਸ ਦੇ ਪਿੱਛੇ ਕੀ ਕਾਰਨ ਰਹੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੇ ਉਸ ਤੋਂ ਬਾਅਦ ਇਹ ਮੁੱਦਾ ਹੁਣ ਕਾਫੀ ਜੋ ਹੈ ਉਹ ਗਰਮਾ ਗਿਆ ਸਿਆਸਤਦਾਨਾਂ ਤੋਂ ਲੈ ਕੇ ਜੋ ਧਾਰਮਿਕ ਆਗੂ ਨੇ, SGPC ਦੇ ਮੈਂਬਰ ਨੇ ਉਹ ਤੁਹਾਡੇ ਖਿਲਾਫ ਨੇ, ਕਿਸ ਤਰ੍ਹਾਂ ਇਸ ਪੂਰੇ ਸਿਨੈਰੀਓ ਨੂੰ ਤੁਸੀਂ ਦੇਖ ਰਹੇ ਹੋ? ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਇਸ ਆਪਣਾ ਲਾਈਵ ਨੂੰ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਔਰ ਮੈਂ ਆਪਣੀ ਜਿਹੜੀ ਗੱਲ ਆ ਮੈਂ ਇੱਥੋਂ ਸ਼ੁਰੂ ਕਰਦਾ ਕਿ ਕੱਲ੍ਹ ਅਸੀਂ ਵਿਦ ਫੈਮਿਲੀ ਅਸੀਂ ਮੋਹਾਲੀ ਜਾਣਾ ਸੀਗਾ। ਅਸੀਂ ਮੋਹਾਲੀ ਗਏ ਹਾਂ ਤਾਂ ਜਿਵੇਂ ਹੁਣ ਅੱਜ ਕੱਲ੍ਹ ਮਹਾਂਮਾਰੀ ਚੱਲ ਰਹੀ ਹੈ ਕਰੋਨਾ, ਤੇ ਅਸੀਂ ਕਿਸੇ ਲਾਈਟ ਤੇ ਰੁਕਦੇ ਹਾਂ ਜਾਂ ਕਿਸੇ ਵੀ ਜਗ੍ਹਾ ਰੁਕਦੇ ਹਾਂ ਤਾਂ ਅਸੀਂ ਗੱਡੀ ਬੰਦ ਕਰ ਲੈਂਦੇ ਹਾਂ, ਤਾਂ ਮੈਂ ਜਨਰਲੀ ਗੱਡੀ ਬੰਦ ਕਰ ਲਈ, ਕਿਤੇ ਬੈਂਕ ਦੇ ਮੂਹਰੇ ਖੜਨਾ ਸੀ। ਤੇ ਉਸ ਤੋਂ ਬਾਅਦ ਮੈਂ ਗੱਡੀ ਆਫ ਕੀਤੀ ਤਾਂ ਬੱਚੇ ਪਿੱਛੇ ਰੌਲਾ ਪਾਉਣ ਲੱਗ ਗਏ, ਬਾਬਾ ਤੁਸੀਂ ਗੱਡੀ ਬੰਦ ਕਰਤੀ, ਵੀ ਇੱਕ ਤਾਂ ਅਸੀਂ ਮਾਸਕ ਲਾਏ ਹੋਏ ਆ, ਦੂਸਰਾ ਮਤਲਬ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਬਾਹਰ ਤੁਹਾਨੂੰ ਪਤਾ ਨਾ ਪੁੱਤਰ ਕੀ ਹੋ ਰਿਹਾ, ਤੇ ਬਸ ਇੱਥੋਂ ਹੀ ਗੱਲ ਸ਼ੁਰੂ ਹੋਈ ਕਿ ਹਾਂਜੀ ਹਾਂਜੀ ਪਤਾ ਮੈਨੂੰ, ਆ ਵੇਖੋ ਬਾਬਾ ਜੀ ਨੇ ਲੋਕਾਂ ਨੂੰ ਕਿੰਨੀ ਸਜ਼ਾ ਦਿੱਤੀ ਹੈ, ਸ਼ਾਇਦ ਲੋਕਾਂ ਤੋਂ ਜਿੱਦਾਂ ਅਸੀਂ ਘਰੇ ਗੱਲਾਂ ਕਰਦੇ ਹਾਂ ਰੂਟੀਨ ਦੇ ਵਿੱਚ ਕਿ ਸ਼ਾਇਦ ਕੋਈ ਗੁਨਾਹ ਹੋਇਆ ਹੋਏਗਾ, ਉਹ ਵੀ ਕਹਿੰਦੇ ਕਿ ਬਾਬਾ ਜੀ ਨੇ ਇੱਦਾਂ ਕੀਤਾ ਵੀ ਬਾਬਾ ਜੀ ਨੇ ਕੀਤਾ, ਜਿਵੇਂ ਅਸੀਂ ਜਨਰਲੀ ਗੱਲ ਕਰਦੇ ਹਾਂ ਕਿ ਵਾਹਿਗੁਰੂ ਨੇ ਪਤਾ ਨੀ ਮਤਲਬ ਕੀ ਉਹਦੇ ਰੰਗ ਨੇ ਕੀ ਹੈ ਹਨਾ, ਕੀ ਕਾਹਦੇ ਚ ਖੁਸ਼ੀ ਹੈ ਉਹਦੀ। ਤੇ ਜਨਰਲੀ ਮੇਰੇ ਦਿਮਾਗ ਚ ਦੋ ਲਾਈਨਾਂ ਆਈਆਂ ਤਾਂ ਉਹ ਅਸੀਂ ਟਿਕਟੋਕ ਬਣਾ ਕੇ ਤੇ ਵੈਸੇ ਹੀ ਹੱਸਦਿਆਂ ਖੇਡਦਿਆਂ ਅਸੀਂ ਉਹ ਉਹਦੇ ਤੇ ਪਾਤੀਆਂ। ਉਸ ਤੋਂ ਬਾਅਦ ਮੈਂ ਜਲੰਧਰ ਤੋਂ ਨਿਕਲ ਗਿਆ, ਅਰਾਊਂਡ ਅੱਧੇ ਪੌਣੇ ਘੰਟੇ ਬਾਅਦ ਅਸੀਂ ਕਿਤੇ ਰੁਕੇ ਹਾਂ, ਤੇ ਮੈਂ ਵੈਸੇ ਟਿਕਟੋਕ ਮੈਂ ਕਿਹਾ ਚੈੱਕ ਕਰਦੇ ਹਾਂ ਹਨਾ, ਬਈ ਅਸੀਂ ਟਿਕਟੋਕ ਪਾਈ ਸੀਗੀ ਕਿੰਨੇ ਕੁ ਲੋਕਾਂ ਨੇ ਦੇਖ ਲਈ ਆ, ਤੇ ਮੈਂ ਕਮੈਂਟ ਪੜ੍ਹਨ ਲੱਗ ਗਿਆ, 3-4 ਕਮੈਂਟ ਪੜੇ ਹੋਣਗੇ ਮੈਨੂੰ, ਤੇ ਮੈਨੂੰ ਥੋੜੇ ਐਂ ਲੱਗਿਆ ਕਿ ਯਾਰ ਥੋੜਾ ਨੈਗੇਟਿਵ ਧਰਮ ਵਾਲੇ ਪਾਸੇ ਨੂੰ ਨਾ ਚਲਾ ਜਾਵੇ, ਪਹਿਲਾਂ ਸੋਚਿਆ ਹੀ ਨੀ ਬਿਲਕੁਲ, ਇੱਕ ਮਿੰਟ ਵੀ ਨੀ ਸੋਚਿਆ ਸੀ ਇੱਦਾਂ। ਤਾਂ ਜਦੋਂ ਮੈਨੂੰ ਲੱਗਿਆ ਕਿ 2-3 ਕਮੈਂਟ ਪੜ੍ਹਨ ਤੋਂ ਬਾਅਦ ਮੈਨੂੰ ਉਹਦੀ ਮਤਲਬ ਦਸ਼ਾ ਪਤਾ ਲੱਗ ਗਈ ਕਿ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ ਇਹ, ਤੇ ਮੈਂ ਉਹ ਡਿਲੀਟ ਕਰਤੀ ਵੀਡੀਓ ਹਨਾ, ਪਰ ਉਦੋਂ ਤੱਕ ਕੁਛ ਚੈਨਲਸ ਨੇ ਉਹ ਸੇਵ ਕਰਕੇ ਉਹਨੂੰ ਪਤਾ ਨੀ, ਬੇਅਦਬੀ ਤਾਂ ਬਹੁਤ ਵੱਡੀ ਚੀਜ਼, ਮਤਲਬ ਬਹੁਤ ਵੱਡਾ ਇਲਜ਼ਾਮ ਹੈ ਮੈਨੂੰ, ਮੇਰੇ ਲਈ ਇਹ ਬੇਅਦਬੀ, ਤੇ ਮੈਂ ਯੂਜ਼ ਵੀ ਨੀ ਕਰੂੰਗਾ ਵਰਡ, ਉਹ ਵੀ ਗੁਰੂ ਨਾਨਕ ਪਾਤਸ਼ਾਹ ਦੀ, ਜਿਹੜੇ ਜਿਹੜੇ ਮੇਰੇ ਆਈਡਲ ਨੇ, ਜਿਹਦਾ ਨਾਮ ਲੈ ਕੇ ਉੱਠਦਾ, ਜਿਹਦਾ ਨਾਮ ਲੈ ਕੇ ਸੌਂਦਾ ਹਮੇਸ਼ਾ। ਔਰ ਜਦੋਂ ਤੋਂ ਮੈਂ ਪੈਦਾ ਹੋਇਆ ਮੇਰੇ ਮਾਂ ਬਾਪ ਨੇ ਜਿਹੜੀ ਮੇਰੀ ਪਰਵਰਿਸ਼ ਦਿੱਤੀ ਆ ਮੈਨੂੰ, ਉਹ ਇਹੀ ਦਿੱਤੀ ਕਿ ਵੱਡਿਆਂ ਦਾ, ਆਪਣੇ ਗੁਰੂਆਂ ਦਾ ਸਤਿਕਾਰ ਕਰੋ, ਆਪਣੇ ਗੁਰੂਆਂ ਪੀਰਾਂ ਦਾ ਸਤਿਕਾਰ ਕਰੋ, ਹੈ ਨਾ। ਬਿਲਕੁਲ। ਸੋ ਉਹੀ ਮੈਂ ਆਪਣੇ ਅੱਗੇ ਜਿਹੜੀ ਨਵੀਂ ਅਗਲੀ ਮੇਰੀ ਪੀੜ੍ਹੀ ਆ, ਮੇਰੇ ਬੱਚਿਆਂ ਨੂੰ ਸਿਖਾ ਰਿਹਾ। ਈਵਨ ਮੈਂ ਮੇਰੇ ਜਿਹੜੇ ਦੋਨੋਂ ਬੇਟੇ ਨੇ, ਦੋ ਬੇਟੇ ਨੇ ਮੇਰੇ ਕੋਲ, ਦੋਨੋਂ ਬੇਟੇ ਮੈਂ ਸਿੱਖੀ ਸਰੂਪ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ, ਪਹਿਲਾਂ ਤਾਂ ਕੇਸ ਉਹਨਾਂ ਦੇ ਰਖਵਾਏ ਮੈਂ, ਹੁਣ ਮੈਂ ਉਹਨਾਂ ਨੂੰ ਕੋਸ਼ਿਸ਼, ਜਿੰਨਾ ਕੁ ਮੈਨੂੰ ਪਤਾ ਉਹਨਾਂ ਕੁ ਮੈਂ ਕੋਸ਼ਿਸ਼ ਕਰਦਾ ਜੋ ਸਾਡਾ ਇਤਿਹਾਸ ਉਹਨਾਂ ਨੂੰ ਸਮਝਾਵਾਂ, ਤਾਂ ਜੋ ਜੁੜਨ ਇਧਰਲੇ ਪਾਸੇ। ਬਿਲਕੁਲ ਪ੍ਰੀਤ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਲੱਗ ਰਿਹਾ ਕਿ ਤੁਹਾਨੂੰ ਪਛਤਾਵਾ ਹੈ, ਤੁਹਾਨੂੰ ਮਤਲਬ
लोड़ की पै गई इस तरह ये करन दी, या फिर रियलाइज नहीं होया, या फिर हुन मन दियो कि बहुत वड्डी गलती हो गई, जाने अनजाने ही सही अज जो सारे तुहानू चाहण वाले सन किते ना किते वो अज ये गल कर रहे ने कि प्रीत हरपाल ने आखिर क्यों किया, उसका बायकाट कर दिता जाए, इथों तक भी गल्लां सामने आ रही ने। देखो मैं लगता है कि हुक्मे अंदर सब को बाहर हुक्म ना कोए, जो कुछ हो रहा शायद उसकी रजा दे विच ही हो रहा, शायद पता नहीं रब जाने करे करावे पे आप है ना, मानस के ने कुछ भी हाथ ओ, शायद मैं उही सत्रा उही शब्द बोल सकदा, उही वाक बोल सकदा कि भई जो कुछ हुंदा वो महाराज की रजा दे विच हुंदा, शायद उसकी रजा ही यही सी, पर मेरा यह जा कोई इंटेंशन हो ही नहीं सकता, मतलब ਇਹ ਪੋਸੀਬਲ ਹੀ ਨਹੀਂ ਕਿ ਮੈਂ ਗੁਰੂ ਮਹਾਰਾਜ ਜਿਹੜੇ ਗੁਰੂ ਨੂੰ ਮੈਂ ਮੰਨਦਾ ਆ, ਜਿਹੜੇ ਗੁਰੂ ਦਾ ਮੈਂ ਨਾਮ ਲੈਣਾ। ਬਹੁਤ ਸਾਰੀਆਂ ਮੇਰੀ ਜ਼ਿੰਦਗੀ ਦੇ ਨਾਲ ਇਹੋ ਜਿਹੀਆਂ ਘਟਨਾਵਾਂ ਜੁੜੀਆਂ ਹੋਈਆਂ ਨੇ, ਜਦੋਂ ਮੈਂ ਉਦਾਸ ਹੁੰਦਾ ਕਦੀ ਜ਼ਿੰਦਗੀ ਦੇ ਵਿੱਚ ਨਿਰਾਸ਼ ਹੁੰਦਾ, ਤਾਂ ਮੈਨੂੰ ਅੱਜ ਤੱਕ ਦੋ ਵਾਰੀ ਜਲੰਧਰ ਮੈਂ ਰਹਿੰਦਾ ਤੇ ਜਲੰਧਰ ਤੋਂ ਦਰਬਾਰ ਸਾਹਿਬ ਮੈਂ ਪੈਦਲ ਦੋ ਵਾਰੀ ਆਇਆ ਹੁਣ ਤੱਕ। ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਸਾਰਾ ਸੌਟ ਆਊਟ ਛੇਤੀ ਹੋਵੇ, ਔਰ ਜਿੰਨੀਆਂ ਵੀ ਸਮੂਹ ਸੰਗਤਾਂ ਸਿੱਖ ਸੰਗਤਾਂ ਨੇ ਉਹਨਾਂ ਤੋਂ ਮੈਂ ਉਹਨਾਂ ਦੀ ਜੇ ਕਿਤੇ ਠੇਸ ਪਹੁੰਚੀ ਇਹ ਸਾਰੀ ਚੀਜ਼ ਦੇ ਨਾਲ, ਤੇ ਉਹਨਾਂ ਤੋਂ ਮੈਂ ਹੱਥ ਜੋੜ ਕੇ ਮਾਫ਼ੀ ਚਾਹੁੰਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮੇਰੇ ਲਈ ਬਹੁਤ ਵੱਡਾ ਨਾਮ ਹੈ, ਔਰ ਜਿਹੜੇ ਚੈਨਲਸ ਇਹ ਚਲਾ ਰਹੇ ਨੇ ਕਿ ਬੇਅਦਬੀ ਕੀਤੀ ਹੈ, ਬੇਅਦਬੀ ਮੇਰੇ ਤੇ ਬਹੁਤ ਵੱਡਾ ਮੇਰੇ ਮਨ ਤੇ ਬੋਝ ਵਾਲਾ ਉਹ ਇਹ ਛੱਡ ਕੇ ਜਾ ਰਹੇ ਨੇ ਛਾਪ, ਔਰ ਹੋ ਸਕਦਾ ਕਿ ਮੈਂ ਅੱਜ ਮਾਫ਼ੀ ਮੰਗ ਲਈ ਆ ਤੇ ਇਹ ਲੋਕ ਥੋੜੇ ਦਿਨਾਂ ਚ ਭੁੱਲ ਜਾਣ, ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਹਾਦਸਾ ਹੈ ਸਾਰੀ ਜ਼ਿੰਦਗੀ ਮੇਰੇ ਨਾਲ ਜੁੜਿਆ ਰਹੂਗਾ। ਬਿਲਕੁਲ ਪ੍ਰੀਤ, ਤਾਂ ਹੀ ਇਹ ਕੋਸ਼ਿਸ਼ ਹੈ, ਉਪਰਾਲਾ ਵੀ ਜ਼ੀ ਮੀਡੀਆ ਵੱਲੋਂ ਕੀਤਾ ਗਿਆ, ਤਾਂ ਜੋ ਤੁਸੀਂ ਸਾਡੇ ਰਾਹੀਂ ਦਰਸ਼ਕਾਂ ਨਾਲ ਰੂਬਰੂ ਹੋ ਕੇ ਜੋ ਤੁਹਾਡੇ ਚਾਹਣ ਵਾਲੇ ਨੇ ਉਹਨਾਂ ਰਾਹੀਂ ਉਹਨਾਂ ਤੱਕ ਆਪਣੀ ਗੱਲ ਜੋ ਹੈ ਉਹ ਰੱਖ ਸਕੋ। ਇਹ ਵੀ ਤੁਹਾਡੇ ਤੋਂ ਪ੍ਰੀਤ ਜਾਣਨਾ ਚਾਹਾਂਗੇ ਕਿ SGPC ਦੇ ਮੈਂਬਰਸ ਨੇ ਵੀ ਇਸਦਾ ਬਹੁਤ ਜੋ ਹੈ ਉਸਦੀ ਨਿੰਦਾ ਕੀਤੀ ਹੈ, ਤੁਹਾਡੇ ਤੱਕ ਉਹਨਾਂ ਨੇ ਕੋਈ ਕੰਟੈਕਟ ਕੀਤਾ, ਤੁਹਾਨੂੰ ਕਾਲ ਕੀਤੀ, ਤੁਹਾਡੇ ਤੋਂ ਪੁੱਛਿਆ, ਜਾਂ ਫਿਰ ਸਿੱਧੇ ਉਹਨਾਂ ਵੱਲੋਂ ਬਿਆਨ ਸਾਹਮਣੇ ਆਏ ਨੇ? ਨਹੀਂ, ਹਾਲੇ ਤੱਕ ਮੇਰੇ ਤਾਂ ਕੋਈ ਅਪਰੋਚ ਨਹੀਂ ਹੋਈ, ਪਰ ਜੇ ਅਪਰੋਚ ਨਹੀਂ ਵੀ ਹੁੰਦੀ ਕੋਈ ਗੱਲ ਨਹੀਂ, ਮੇਰਾ ਫਰਜ਼ ਬਣਦਾ ਕਿ ਜੇ ਮੇਰੇ ਕੋਲ ਗਲਤੀ ਹੋਈ ਹੈ ਤਾਂ ਮੈਂ ਉਹਨੂੰ ਰਿਅਲਾਈਜ਼ ਕਰਾਂ, ਔਰ ਮੈਂ ਉਹ ਸਾਡੀ ਸਰਵੋਪਰੀ ਅਦਾਲਤ ਹੈ ਅਕਾਲ ਤਖ਼ਤ ਸਾਹਿਬ, ਸੋ ਮੈਂ ਉੱਥੇ ਜਾਵਾਂਗਾ, ਉੱਥੇ ਪਹੁੰਚ ਕੇ ਜੋ ਮੇਰਾ ਮਾਫ਼ੀਨਾਮਾ ਜੋ ਮੇਰਾ ਸਪਸ਼ਟੀਕਰਨ ਹੈ ਮੈਂ ਉਹ ਦੇਵਾਂਗਾ, ਔਰ ਮੈਂ ਸਾਰੀ ਸਮੂਹ ਸੰਗਤ ਨੂੰ ਇਹ ਬੇਨਤੀ ਕਰੂੰਗਾ ਕਿ ਮੇਰਾ 1% ਵੀ ਇੱਦਾਂ ਦਾ ਇੰਟੈਂਸ਼ਨ ਨਹੀਂ ਸੀਗਾ। ਵੱਡੀ ਗੱਲ ਕੀ ਹੈ ਕਿ ਮੈਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ, ਮੇਰੇ ਮਦਰ ਜਿਹੜੇ ਸੀਗੇ ਇਸ ਦੁਨੀਆਂ 'ਚ ਹੁਣ ਨਹੀਂ ਹੈਗੇ, ਪਰ ਉਹ ਅੰਮ੍ਰਿਤਧਾਰੀ ਸੀਗੇ, ਮੇਰੇ ਫਾਦਰ ਸਾਹਿਬ ਸਵੇਰੇ ਸ਼ਾਮੀ ਪਾਠ ਕਰਦੇ, ਮੇਰੇ ਘਰ ਐਵਰੀ ਡੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਸ਼ਾਮ ਨੂੰ ਮੈਂ ਰਹਿ ਰਸ ਕਰਕੇ ਸੌਂਦਾ, ਸੋ ਇਹ ਸਾਰੀਆਂ ਚੀਜ਼ਾਂ ਮੇਰੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ, ਮੈਂ ਤੇ ਆਪਣੇ ਪਰਿਵਾਰ ਨੂੰ ਜਿੰਨਾ ਸਿੱਖੀ ਦੇ ਨਾਲ ਜੋੜ ਸਕਦਾ ਆ, ਮੈਂ ਜਿੰਨੀ ਕਿ ਮੇਰੀ ਹੈਸੀਅਤ ਸਮਝ ਆ ਮੈਂ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹਨਾ, ਤੇ ਏਦਾਂ ਇਹ ਸਾਰੀਆਂ ਚੀਜ਼ਾਂ ਕਰਕੇ ਮੈਂ ਸਾਰੇ ਜਿੰਨੇ ਪੋਲੀਟੀਕਲ ਮੇਰੇ ਵੀਰ ਨੇ ਜਿਹੜੇ ਡਿਬੇਟ ਕਰ ਰਹੇ ਆ, ਮੈਨੂੰ ਪਤਾ ਲੱਗ ਰਿਹਾ ਨਾਲ ਨਾਲ ਫੋਨ ਆ ਰਹੇ ਨੇ ਡਿਬੇਟ ਹੋ ਰਹੀ ਹੈ ਤੁਹਾਡੇ ਤੇ, ਇਹ ਹੋ ਰਹੀ ਹੈ, ਉਹਨਾਂ ਨੂੰ ਮੇਰੀ ਰਿਕੁਐਸਟ ਹੈ ਕਿ ਏਡਾ ਵੱਡਾ ਗੁਨਾਹਗਾਰ ਨਾ ਮੈਨੂੰ ਬਣਾਓ, ਨਾ ਮੇਰੀ ਏਦਾਂ ਦੀ ਕੋਈ ਮਨਸ਼ਾ ਸੀਗੀ, ਔਰ ਇਹ ਕਦੀ ਹੋ ਨਹੀਂ ਸਕਦੀ, ਇਹ ਗੁਰੂ ਨਾਨਕ ਪਾਤਸ਼ਾਹ ਹੀ ਜਾਣਦੇ ਕਿ ਮੇਰੇ ਲਈ ਲੱਖਾਂ ਕਰੋੜਾਂ ਤੁਹਾਡੇ ਫੈਨਸ ਨੇ ਪ੍ਰੀਤ, ਤੇ ਲੱਖਾਂ ਕਰੋੜਾਂ ਪੰਜਾਬ ਦੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ, ਪੰਜਾਬ ਦੀ ਜਨਤਾ ਤੁਹਾਨੂੰ ਵੇਖ ਰਹੀ ਹੈ, ਉਮੀਦ ਹੈ ਕਿ ਤੁਸੀਂ ਜੋ ਕਹਿਣਾ ਚਾਹੁੰਦੇ ਉਹਨਾਂ ਤੱਕ ਬਖੂਬੀ ਪਹੁੰਚੇਗਾ, ਪਰ ਜੋ ਵੀਡੀਓ ਤੁਸੀਂ ਪਾਇਆ ਉਹ ਬੇਸ਼ੱਕ ਤੁਸੀਂ ਡਿਲੀਟ ਕਰ ਦਿੱਤਾ, ਉਸ ਤੋਂ ਬਾਅਦ ਜੋ ਤਿੱਖੇ ਪ੍ਰਤੀਕਰਮ ਸਾਹਮਣੇ ਆਏ, ਭਾਵੇਂ ਸਿਆਸਤਦਾਨਾਂ ਦੇ ਹੋਣ, ਭਾਵੇਂ SGPC ਮੈਂਬਰਾਂ ਦੇ ਹੋਣ, ਭਾਵੇਂ ਹੋਰ ਸਿੱਖ ਸੰਗਤ ਦੇ ਹੋਣ, ਉਹ ਤਮਾਮ ਵੀ ਸਾਹਮਣੇ ਆਏ, ਉਹ ਇੱਕ ਵਾਰ ਅਸੀਂ ਚਾਹਾਂਗੇ ਕਿ ਤੁਸੀਂ ਵੀ ਸੁਣੋ ਤੇ ਸਾਡੇ ਦਰਸ਼ਕ ਇੱਕ ਵਾਰ ਸੁਣਨ ਕਿ ਆਖਿਰ ਕਿਉਂ ਇੰਨਾ ਜ਼ਿਆਦਾ ਜੋ ਵਿਰੋਧ ਹੈ ਇਸ ਵੀਡੀਓ ਦਾ ਹੋ ਰਿਹਾ, ਕੀ ਕੁਝ ਕਹਿਣਾ ਇਹਨਾਂ ਤਮਾਮ ਸ਼ਖਸੀਅਤਾਂ ਦਾ? ਸ਼ਰਮ ਹੋਣੀ ਚਾਹੀਦੀ ਹੈ ਪ੍ਰੀਤ ਹਰਪਾਲ ਵਰਗੇ ਘਟੀਆ ਗਾਇਕ ਇਹ ਕਹਿਣ ਕਿ ਨਵੀਂ ਪਸੂੜੀ ਪਾਤੀ ਬਾਬਾ ਨਾਨਕ ਨੇ, ਇਹ ਲੋਕ ਬਾਬਾ ਨਾਨਕ ਦੇ ਇਹ 100 ਜਨਮ ਪੈਰ ਧੋ ਕੇ ਪੀਣ, ਫਿਰ ਵੀ ਇਹ ਮਾਫੀ ਦੇ ਕਾਬਲ ਨਹੀਂ ਹੋ ਸਕਦੇ, ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ। ਔਰ ਮੈਂ ਸਮਝਣਾ ਕਿ ਜਿਹੜੇ ਸਾਡੇ ਸੰਗੀਤ ਕਲਾਕਾਰ ਹੈ ਉਹਨਾਂ ਦੇ ਵੀ ਦਿਲ ਨੂੰ ਠੇਸ ਪਹੁੰਚੀ ਹੈ, ਅਜਿਹੇ ਕਲਾਕਾਰਾਂ ਦਾ ਬਾਈਕਾਟ ਹੋਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਸਾਰੇ ਗਾਇਕਾਂ ਦਾ ਜਿਹੜੇ ਹੈਗੇ ਨੇ ਅਸੀਂ ਉਹਦਾ ਆਦਰ ਮਾਣ ਕਰਦੇ ਹਾਂ, ਲੇਕਿਨ ਗਾਇਕਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਹਰ ਇੱਕ ਚੀਜ਼ ਦੀ ਇੱਕ ਮਰਿਆਦਾ ਹੁੰਦੀ ਹੈ। ਕਿਸੇ ਦੀ ਵੀ ਧਾਰਮਿਕ ਆਸਥਾ ਦੇ ਉੱਤੇ ਚੋਟ ਕਰਨਾ ਇਹ ਬਹੁਤ ਹੀ ਮੰਦਭਾਗਾ ਹੈ, ਔਰ ਇਸ ਤਰ੍ਹਾਂ ਦੇ ਗਾਣੇ ਗਾਣਾ ਜਿਹਦੇ ਨਾਲ ਕਿਸੇ ਵੀ ਧਰਮ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੇ, ਉਹ ਬਹੁਤ ਹੀ ਕਠੋਰ ਸ਼ਬਦਾਂ ਦੇ ਵਿੱਚ ਉਹਦੀ ਨਿੰਦਾ ਅਸੀਂ ਕਰਦੇ ਹਾਂ।
चंगा नहीं लग्या मैनू जो गीत सुनिया गया गा, पर फिर भी मैं ये जरूर कहांगा कि अपनियां भावनावां प्रगट करन दे वेले शब्दां दा जरूर ख्याल रखना चाहीदा। उही समाज दे विच शब्द गाणियां दे विच यूज करे जाण जिन्हां नूं सुनन दे विच रिश्तियां दे विच सानूं सभ्याचार नज़र आवे, ना कि सानूं उगड़ी दुगड़ी जंगली जी बोली विचों आवे जिन्हों देख के साडा खून खौले, सानूं बुरा लगे ते साडा मूड चंगा होण दी बजाए बल्कि साडा मूड खराब हो जाए। मैं समझना बहुत माड़ी गल है और धन गुरु नानक साहब दुनिया को तारन वास्ते आए ने, संसार के लोगों का भला करने वास्ते आए ने, जे अभी तुरे फिरने तो गुरु नानक साहब की कृपा करके आ। जो प्रीत हरपाल गाने बोल रहा है उस विच जगत गुरु साहब श्री गुरु नानक देव जी दे इतराज योग शब्द बोल के गाने बोल रहा है। मैं प्रीत हरपाल के इस गाने की अपने वालों श्रोमणी गुरुद्वारा प्रबंधक कमेटी अते समुचियां संगतां वालों इस गाने की भरपूर निंदा करता हाँ। एक गाना गाया बाबे नानक के खिलाफ, यह बहुत गलत कर रहा है, एक गाना गाया है, मैं इसकी सख्त निंदा करता। तो मैं अपने सारे नौजवान वीरां नूं बेनती करता कि इस प्रीत हरपाल का आप बाइकट करिए, तो ये साढ़े सिख कौम को माफ़ी मंगे जो साढ़े दिलों दिन ठेस पहुँचाई है, इस नूं अकाल तख्त साहब जाके सर्ब सांझी कौम को माफ़ी मंगनी चाहिए है। जो एक सिंगर होंगे एक पब्लिक फिगर होंगे लगता है कि बहुत सोच समझ के तुहानू बोलना चाहिदा सी या गाना चाहिदा सी, हुण ओह गल जो है ओह तमाम थावां ते उस डिस्कशन दा एक विशा बन गई है। बिल्कुल सही कह रहे हो, ये जिन्ने भी मैं बाइट सुनी है इन्हां दा हक बनदा क्योंकि यही लोग ने जिहड़े सानू आम तो खास बनाउंदे आ, यही लोग ने जिहड़े सानू सुणदे ने, और जे साडे तों कोई गलती हुंदी है, और मैं ये मानता है कि इंसान गलतियां दा पुतला आ और ये गलती हैगी आ तां मतलब उहनूं आपां डिनाई नहीं कर सकते। सो उन्होंने हक बनता है, सारी जो भी प्रतिक्रिया आई है वो मैं पॉजिटिव वे नाल ही लैना, और मैं उन्होंने यही कहना कि मतलब मैं हमेशा ही समाज की सेवा करने की कोशिश की है, चाहे वह हक की कमाई नाल पैंदा नहीं, स्कूटर च तेल सज्जना होवे राजनेता ते सवेरे ही खरीद लिए रेल सज्जना, वड्डा बंदा जुत्ती भी हजारां वाली पाउंदा माड़ा सोचदा ही रहिंदा कदों लगूगी दुकानां उत्ते सेल सज्जना, या फिर जिन्हां पुत्तरां ने अपने ही मापे घरों कढे जदों हो जाणा उहनां ही सियाणे पता लगू, चंद सिक्कियां लई जिहड़े लोकी वेचण समैकां जदों पीण लगे अपने न्याणे पता लगू, या फिर होवे सतगुर नानक सभनां उत्ते मेहर रखी दुख ना किसी दे वेहड़े बहुती देर रखी। सो इहो जिहे गाणे मेरे करियर दे नाल जुड़े हुए आ, और ये कले गाने ही नहीं, ये मेरी भावना है, मेरे अंदर दा फील है, और इस करके मैनू ये दो लाइना नाल जज ना किया जाए। मैं यही रिक्वेस्ट करूंगा थानू सारयां नू, जिहड़ियां मैं दो लाइना गाईयां उन्हां ते मैं अपना स्पष्टीकरण भी कल ही देता सीगा क्योंकि मैं जदों मोहाली पहुंचिया तां मैनू फोन आने शुरू हो गए सीगे मेरे ऑफिस वाले फोन तों कि भी तुसीं कोई गल कही है या किद्दां आ, तां मैं उसे वेले ही लाइव हो के अपना स्पष्टीकरण देता सीगा कि मेरे मन दे विच इदां दी कदी भावना आ ही नहीं सकदी, मतलब ਇਹ ਤਾਂ ਬਹੁਤ ਵੱਡਾ ਕਹਿ ਲਓ ਮਤਲਬ ਗੁਨਾਹਗਾਰ ਬਣਾਉਣ ਵਾਲੀ ਗੱਲ ਹੋ ਗਈ ਆ। ਪਰ ਚਲੋ ਫਿਰ ਵੀ ਮੈਂ ਇਹੀ ਕਹਿੰਦਾ ਕਿ ਜਿੰਨੇ ਲੋਕ ਵੀ ਮੇਰੇ ਇਸ ਵੇਲੇ ਖਿਲਾਫ ਬੋਲਦੇ ਨੇ ਉਹਨਾਂ ਦਾ ਹੱਕ ਬਣਦਾ ਆ, ਉਹ ਮੈਨੂੰ ਕਹਿ ਸਕਦੇ ਨੇ ਕਿਉਂਕਿ ਉਹਨਾਂ ਲੋਕਾਂ ਕਰਕੇ ਅਸੀਂ ਆ, ਔਰ ਗੁਰੂ ਨਾਨਕ ਪਾਤਸ਼ਾਹ ਦੀ ਹਮੇਸ਼ਾ ਹੀ ਮੇਰੇ ਤੇ ਕਿਰਪਾ ਰਹੀ ਆ, ਮੇਰੇ ਨਾਲ ਹੀ ਰਹੇ ਨੇ ਔਰ ਇਸ ਮਸਲੇ 'ਚ ਵੀ ਮੇਰਾ ਸਾਥ ਦੇਣਗੇ। ਜੀ, ਪੰਜਾਬੀ ਗਾਇਕ ਪ੍ਰੀਤ ਹਰਪਾਲ ਜੋ ਇਸ ਵੇਲੇ ਵਿਵਾਦਾਂ ਦੇ ਵਿੱਚ ਨੇ, ਸਾਡੇ ਨਾਲ ਲਾਈਵ ਬਣੇ ਹੋਏ ਨੇ, ਲਗਾਤਾਰ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਤੇ ਆਪਣਾ ਸਪਸ਼ਟੀਕਰਨ ਦੇ ਰਹੇ ਨੇ, ਕਹਿ ਰਹੇ ਨੇ ਮਾਫ਼ੀ ਮੰਗ ਰਹੇ ਨੇ, ਇੱਕ ਵਾਰ ਫਿਰ ਤੋਂ ਉਹਨਾਂ ਕੋਲ ਲੈ ਚੱਲਦੇ ਹਾਂ, ਤੁਹਾਨੂੰ ਸਾਰਿਆਂ ਨੂੰ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਪ੍ਰੀਤ ਹਰਪਾਲ। ਸੁਪ੍ਰੀਤ, ਜਿਸ ਤਰ੍ਹਾਂ ਤੁਸੀਂ ਕਹਿ ਵੀ ਰਹੇ ਸੀ ਕਿ ਬਹੁਤ ਸਾਰੇ ਗੀਤ ਨੇ ਤੁਹਾਡੇ ਕਰੀਅਰ ਦੇ ਨਾਲ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਦਾ ਇੱਕ ਗੀਤ ਲਾਸਟ ਈਅਰ ਵੀ ਤੁਸੀਂ ਕੀਤਾ ਕਿ ਬਾਬਾ ਨਾਨਕ ਮਿਹਰ ਰੱਖੀ, ਇਹ ਗੀਤ ਵੀ ਤੁਹਾਡਾ ਸਾਹਮਣੇ ਆਇਆ, ਤੇ ਹੁਣ ਜਦੋਂ ਤੁਹਾਨੂੰ ਬੇਅਦਬੀ ਲਈ ਜੋ ਹੈ ਦੋਸ਼ੀ ਠਹਿਰਾਇਆ ਜਾ ਰਿਹਾ, ਬੇਅਦਬੀ ਦਾ ਤੁਹਾਡੇ ਸਿਰ ਤੇ ਇਲਜ਼ਾਮ ਹੈ, ਤੁਹਾਨੂੰ ਇਹ ਵੀ ਲੱਗਦਾ ਕਿ ਕਿਤੇ ਨਾ ਕਿਤੇ ਬਹੁਤ ਜਲਦੀ ਇਹ ਰਾਏ ਬਣਾ ਲਈ ਗਈ ਕਿਉਂਕਿ ਤੁਹਾਡਾ ਸਫਾਈ ਵੀ ਆਈ, ਤੁਸੀਂ ਮਾਫ਼ੀ ਵੀ ਮੰਗੀ, ਇਹ ਲੱਗਦਾ ਕਿ ਸੋਸ਼ਲ ਮੀਡੀਆ ਤੇ ਕਈ ਵਾਰ ਬਿਨਾਂ ਸੋਚੇ ਸਮਝੇ ਲਾਈਕਸ ਔਰ ਸ਼ੇਅਰਸ ਇੰਨਾ ਉਸ ਚੀਜ਼ ਨੂੰ ਫੈਲਾ ਦਿੰਦੇ ਨੇ? ਦੇਖੋ ਇਹ ਤਾਂ ਤੁਹਾਨੂੰ ਵੀ ਪਤਾ ਕਿ ਥੋੜਾ ਮਿਸਯੂਜ਼ ਤਾਂ ਹੋ ਹੀ ਰਿਹਾ ਸੋਸ਼ਲ ਮੀਡੀਆ, ਪਰ ਮੈਂ ਤਾਂ ਇੰਨਾ ਸੂਝਵਾਨ ਸਿਆਣਾ ਆਪਣੇ ਆਪ ਨੂੰ ਨਹੀਂ ਸਮਝਦਾ ਕਿ ਮੈਂ ਇਹਦੇ ਤੇ ਕੋਈ ਟਿੱਪਣੀ ਕਰਾਂ, ਪਰ ਮੈਨੂੰ ਇਹ ਲੱਗਦਾ ਕਿ ਵੀ ਆਹ ਜਿਹੜਾ ਮਸਲਾ ਚੱਲ ਰਿਹਾ ਇਹਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਬਹੁਤ ਦੁਖੀ ਹੋਇਆ ਮੈਂ, ਕਿਉਂਕਿ ਬਚਪਨ ਤੋਂ ਹੀ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਫੋਲੋ ਕਰਦਾ ਆ ਰਿਹਾ, ਔਰ ਮੇਰੀ ਤੁਸੀਂ ਜਿੰਨੀ ਵੀ ਇੰਟਰਵਿਊ ਸੁਣੋਗੇ ਉਹਦੇ ਵਿੱਚ ਹਮੇਸ਼ਾ ਹੀ ਇਹ ਹੈ ਕਿ ਹਾਂ ਮੇਰੇ ਮਹਾਰਾਜ ਨੇ ਜੋ ਕੀਤਾ ਕੀਤਾ, ਮੇਰਾ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਸੋ ਉਹ ਜਿਹੜੀ ਚੀਜ਼ ਆ ਉਹ ਮੇਰੇ ਮਨ 'ਚ ਹਮੇਸ਼ਾ ਰਹੀ ਆ, ਔਰ ਜਦੋਂ ਵੀ ਕਿਤੇ ਮੈਂ ਜਿੰਨੇ ਵੀ ਲੋਕ ਮੈਨੂੰ ਜਾਣਦੇ ਨੇ ਮਿਲੇ ਨੇ ਉਹਨਾਂ ਨੂੰ ਬੜੀ ਮੈਂ ਪਿਆਰ ਸਤਿਕਾਰ ਨਾਲ ਹਮੇਸ਼ਾ ਮਿਲਦਾ, ਉਹ ਕਹਿੰਦੇ ਬਾਜੀ ਤੁਸੀਂ ਬਹੁਤ ਡਾਊਨ ਟੂ ਅਰਥ ਹੋ।
और यह जी गल जो मैं गुरु महाराज के सिद्धांतों को मिलती हैं, नानक नीवा जो चले लगे ना थी वाह है ना। सो नीवा चलन की कोशिश करदा मैं हमेशा। बाकी इस मसले च मैं दोबारा यही कहूँगा कि यह जो भी होया बहुत बहुत मतलब अजीब तरीके ना सारा कुछ पेश हो गया। अदरवाइज मेरा 1% भी इदा का कोई इंटेंशन है ही नहीं और ना ही हो सकता। इन्नी हिम्मत इन्नी औकात साडी लोकां दी है नहीं कि असीं गुरु नानक पातशाह वर्गी शख्सियत दे लई कोई इदां दीआं गल्लां या इदां दे शब्द कहीए। वह एक कह लो फैमिली दे नाल जांदिआं एक फॉर फन से एक असीं वह चीज़ करती और शायद सोचा नहीं उस टाइम या पता नहीं उहदी रजा सी कि इदां होना सीगा और यह एवं बदनामी मत्थे लगन वाला काम होना सी। रब जाने उहदी की रजा आ ਕਿਹੜਿਆਂ ਰੰਗਾਂ 'ਚ ਰਾਜ਼ੀ ਹੈ ਜੀ। ਪਰ ਮੈਂ ਫਿਰ ਇਹੀ ਦੁਹਰਾਵਾਂਗਾ ਗੱਲ ਬਾਰ ਬਾਰ ਕਿ ਮੇਰਾ ਇੱਦਾਂ ਦਾ ਇੰਟੈਂਸ਼ਨ ਕੋਈ ਨਹੀਂ ਔਰ ਮੈਂ ਸਿੱਖ ਪੂਰੀ ਸਮੂਹ ਸੰਗਤ ਤੋਂ ਦੁਬਾਰਾ ਇੱਕ ਵਾਰੀ ਮਾਫ਼ੀ ਚਾਹੁੰਦਾ। ਔਰ ਦੂਸਰੀ ਗੱਲ ਇਹ ਵੀ ਆ ਕਿ ਇਸੇ ਧਰਮ 'ਚ ਮੈਂ ਜੰਮਿਆ, ਇਸੇ ਧਰਮ 'ਚ ਮੈਂ ਮਰਨਾ। ਸੋ ਮੈਂ ਚਾਹੁੰਦਾ ਕਿ ਵੀ ਮੇਰੇ ਜਿੰਨੇ ਵੀ ਮੇਰੀਆਂ ਸਿੱਖ ਸੰਗਤਾਂ ਨੇ ਉਹ ਇਸ ਗੱਲ ਨੂੰ ਸਮਝਣ, ਮੇਰੀ ਭਾਵਨਾ ਨੂੰ ਸਮਝਣ। ਮੈਂ ਹਮੇਸ਼ਾ ਹੀ ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਆ। ਹਾਲਾਂਕਿ ਮੈਂ ਜਿਸ ਮੁਕਾਮ ਤੇ ਪਹੁੰਚਣਾ ਚਾਹੁੰਦਾ ਸੀਗਾ ਉਸ ਮੁਕਾਮ ਤੇ ਪਹੁੰਚਿਆ ਨਹੀਂ, ਕਿਉਂਕਿ ਜਿਹੜੇ ਚੰਗੇ ਸ਼ਬਦ ਨੇ, ਚੰਗੀਆਂ ਗੱਲਾਂ ਨੇ, ਚੰਗੇ ਗਾਣੇ ਨੇ ਉਹ ਥੋੜੇ ਘੱਟ ਸੁਣੇ ਜਾਂਦੇ ਆ। ਪਰ ਫਿਰ ਵੀ ਮੇਰੀ ਹਮੇਸ਼ਾ ਟਰਾਈ ਰਹੀ ਹੈ ਕਿ ਮੈਂ ਚੰਗਾ ਗਾਵਾਂ। ਬਿਲਕੁਲ, ਤੁਹਾਡੇ ਗੀਤ ਨੇ ਉਹਨਾਂ ਨੂੰ ਬਹੁਤ ਪਿਆਰ ਵੀ ਮਿਲਿਆ ਪ੍ਰੀਤ, ਪਰ ਉਹ ਪਿਆਰ ਕਿਤੇ ਨਾ ਕਿਤੇ ਇਸ ਟਿਕਟੋਕ ਦੀ ਇੱਕ ਵੀਡੀਓ ਨੇ ਸ਼ਾਇਦ ਨਫ਼ਰਤ ਦੇ ਵਿੱਚ ਬਦਲ ਦਿੱਤਾ। ਉਹ ਟਿਕਟੋਕ ਜਿੱਥੇ ਤੁਹਾਡੇ ਲੱਖਾਂ ਫੈਨਸ ਤੁਹਾਡੇ ਗਾਣਿਆਂ ਤੇ ਟਿਕਟੋਕ ਬਣਾ ਕੇ ਪਾਉਂਦੇ ਨੇ, ਉੱਥੇ ਤੁਹਾਡੀ ਟਿਕਟੋਕ ਦੀ ਇੱਕ ਵੀਡੀਓ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਤੁਹਾਡੇ ਅਗੇਂਸਟ ਕਰ ਦਿੱਤਾ ਹੈ। ਉਹਨਾਂ ਫੈਨਸ ਨੂੰ ਕਨਵਿੰਸ ਕਰਨ ਦੇ ਲਈ ਤੁਸੀਂ ਹੁਣ ਕੀ ਕਹਿਣਾ ਚਾਹੋਗੇ? ਨਾਲੇ ਫਿਰ ਮੈਂ ਤੁਹਾਡੇ ਤੋਂ ਇਹ ਵੀ ਚਾਹਾਂਗੀ ਕਿ ਤੁਹਾਡੇ ਉਹ ਗੀਤ ਵੀ ਸਾਡੇ ਸਾਹਮਣੇ ਨੇ, ਤੁਹਾਡੇ ਫੈਨਸ ਨੇ ਉਹ ਗੀਤਾਂ ਨੂੰ ਬਹੁਤ ਪਿਆਰ ਦਿੱਤਾ ਹੈ ਜੋ ਤੁਸੀਂ ਸਿੱਖੀ ਨੂੰ ਲੈ ਕੇ ਗਾਏ, ਹਮੇਸ਼ਾ ਜੋ ਤੁਸੀਂ ਇਸ ਧਰਮ ਦੀ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਜੋ ਗੀਤ ਦਿੱਤੇ ਨੇ ਸਾਨੂੰ, ਪੰਜਾਬੀ ਇੰਡਸਟਰੀ ਨੂੰ ਜੋ ਗੀਤ ਦਿੱਤੇ ਨੇ, ਉਹ ਗੀਤਾਂ ਦੇ ਬੋਲ ਵੀ ਤੁਹਾਡੇ ਤੋਂ ਤੁਹਾਡੀ ਸੁਰੀਲੀ ਆਵਾਜ਼ ਦੇ ਵਿੱਚ ਅਸੀਂ ਜ਼ਰੂਰ ਸੁਣਨਾ ਚਾਹਾਂਗੇ, ਤਾਂ ਜੋ ਗੀਤਾਂ ਨੂੰ ਸੁਣ ਕੇ ਤੁਹਾਡੇ ਫੈਨਸ ਇੱਕ ਵਾਰ ਫਿਰ ਤੋਂ ਤੁਹਾਨੂੰ ਮਾਫ਼ ਕਰਨ, ਜਿਨ੍ਹਾਂ ਦੀਆਂ ਭਾਵਨਾਵਾਂ ਅੱਜ ਠੇਸ ਪਹੁੰਚੀ ਹੈ, ਜਿਨ੍ਹਾਂ ਨੂੰ ਉਹ ਤੁਹਾਡੇ ਇੱਕ ਵਾਰ ਫਿਰ ਤੋਂ ਸੋਚ ਸਕਣ। ਬਿਲਕੁਲ ਸਹੀ, ਮੈਂ ਮਤਲਬ ਲਾਜਵਾਬ ਹੋ ਗਿਆ ਕਈ ਗੱਲਾਂ 'ਚ, ਤਾਂ ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਵਾਂ। ਜਿਵੇਂ ਹੁਣ ਸਾਡਾ ਇੱਕ ਗਾਣਾ ਆਇਆ ਸੀਗਾ, ਕਿਹੜੀ ਗੱਲ ਦਾ ਤੂੰ ਪ੍ਰੀਤ ਸਿਆਂ ਮਾਣ ਕਰਦਾ, ਰੱਬ ਰੰਗ ਦੇ ਨੇ ਰੰਗ ਰੱਬ ਦੇ ਨੇ ਦੁਨੀਆਂ ਤੇ ਪਰੇ ਤੋਂ ਪਰੇ, ਚਾਰ ਛਿੱਲੜਾਂ ਜੇ ਤੇਰੇ ਕੋਲ ਆ ਹੀ ਗਈਆਂ, ਕਾਹਨੂੰ ਚੜ੍ਹ ਕੇ ਚੁਬਾਰੇ ਟੈਂ ਟੈਂ ਜੀ ਕਰੇ, ਜਿਹਦੀ ਗੱਡੀ ਦਾ ਧੂੰਆਂ ਸੀ ਅਸਮਾਨ ਚੁੰਮਦਾ, ਦੇਖ ਅੰਦਰਾਂ ਚ ਕਿਵੇਂ ਇਹ ਜਹਾਨ ਤਾੜਿਆ, ਰਹਿ ਬਚ ਕੇ ਰੱਬ ਬੜਾ ਹੀ ਅੱਕਿਆ ਪਿਆ, ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ। ਸੋ ਮੇਰੀ ਸੋਚ ਕਈ ਵਾਰੀ ਇੱਦਾਂ ਦਾ ਕੰਮ ਕਰਦੀ ਆ। ਮੈਂ ਬਹੁਤ ਸਾਰੇ ਇੱਦਾਂ ਦੇ ਗਾਣੇ ਕੀਤੇ ਨੇ ਹੱਕ ਦੀ ਕਮਾਈ, ਜਿੱਦਾਂ ਤੁਹਾਨੂੰ ਪਹਿਲਾਂ ਕਿਹਾ, ਜਾਂ ਫਿਰ ਨਸ਼ੇ ਗਾਣੇ ਸੀ, ਜਾਂ ਮਾਂ ਲਈ, ਮਤਲਬ ਰਿਸ਼ਤਿਆਂ ਦੇ ਉੱਤੇ ਮੈਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਹਮੇਸ਼ਾ। ਔਰ ਈਵਨ ਮੇਰੀ ਕਈ ਆਰਟਿਸਟ ਜਿਹੜੇ ਨੇ ਉਹਨਾਂ ਦੇ ਨਾਲ ਵਿਚਾਰਧਾਰਾ ਵੀ ਕਈ ਵਾਰੀ ਮਿਸਮੈਚ ਕਰ ਜਾਂਦੀ ਹੈ, ਇਸ ਕਰਕੇ ਕਿ ਉਹ ਚੀਜ਼ਾਂ ਸਮਾਜਿਕ ਨਹੀਂ ਹੁੰਦੀਆਂ ਤੇ ਮਤਲਬ ਰਾਹ ਜਾਂਦੀ ਚੀਜ਼ ਕਈ ਵਾਰੀ ਮੈਂ ਇਹ ਗੱਲ ਪਾ ਲੈਣਾ ਕਿ ਨਹੀਂ ਤੁਸੀਂ ਸਹੀ ਨਹੀਂ ਗਾ ਰਹੇ, ਫਿਰ ਉਹ ਕਹਿੰਦੇ ਕਿ ਨਹੀਂ ਭਾਈ ਸਾਨੂੰ ਸੁਣ ਰਹੇ ਆ ਲੋਕ ਤੇ ਅਸੀਂ ਗਾ ਰਹੇ ਹਾਂ ਨਾ। ਸੋ ਮੈਂ ਸਮਾਜ ਦੇ ਲਈ ਹਮੇਸ਼ਾ ਹੀ ਜਿੰਨਾ ਕੁ ਮੈਂ ਕਰ ਸਕਦਾ ਮੈਂ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਬਿਲਕੁਲ ਬਿਲਕੁਲ ਪ੍ਰੀਤ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਡੇ ਦਰਸ਼ਕ ਸੁਣ ਰਹੇ ਨੇ ਤਾਂ ਤੁਸੀਂ ਗਾ ਰਹੇ ਹੋ, ਤਾਂ ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਗਾ ਕੇ ਦਰਸ਼ਕਾਂ ਨੂੰ ਕੁਝ ਸੁਣਾ ਦਿਓ। ਪਹਿਲਾਂ ਸਭ ਤੋਂ ਪਹਿਲਾਂ ਮੈਂ ਚਾਹੂੰਗੀ ਉਹ ਗੀਤ ਜਿਹੜਾ ਪਿਛਲੇ ਸਾਲ ਤੁਸੀਂ ਕੀਤਾ ਬਾਬਾ ਨਾਨਕ ਮਿਹਰ ਕਰੀ, ਉਹੀ ਗੀਤ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ। ਹਾਂਜੀ, ਮੈਂ ਜਦੋਂ ਵੀ ਸਟੇਜ ਕੋਈ ਸ਼ੁਰੂ ਕਰਦਾ ਤੇ ਇਹ ਗਾਣੇ ਤੋਂ ਮੈਂ ਸ਼ੁਰੂਆਤ ਕਰਦਾ, ਮੈਂ ਤੁਹਾਡੀ ਨਜ਼ਰ ਕਰਦਾ। ਸਤਿਗੁਰ ਨਾਨਕ ਸਭਨਾ ਉੱਤੇ ਮੇਰ ਰੱਖੀ, ਦੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇ ਰੱਖੀ, ਹਰ ਵੇੜੇ ਖੁਸ਼ੀਆਂ ਦਾ ਦੀਵਾ ਬਲਦਾ ਰਹੇ, ਹਰ ਵੇੜੇ ਖੁਸ਼ੀਆਂ ਦਾ ਦੀਵਾ ਬਲਦਾ ਰਹੇ, ਕਿਸੇ ਦੇ ਵੇੜੇ ਕਦੇ ਨਾ ਰਬਾ ਹਨੇਰ ਰੱਖੀ। ਸਤਿਗੁਰ ਨਾਨਕ ਸਭਨਾ ਉੱਤੇ ਮਿਹਰ ਰੱਖੀ, ਦੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇ ਰੱਖੀ। ਸੋ ਇਹਦੇ ਵਿੱਚ ਬਹੁਤ ਵਧੀਆ ਸ਼ਬਦਾਵਲੀ ਸੀਗੀ ਇਸ ਗਾਣੇ ਦੇ ਵਿੱਚ, ਔਰ ਐਪਰੀਸ਼ੀਏਟ ਵੀ ਬਹੁਤ ਹੋਇਆ, ਕਿਉਂਕਿ ਸੰਗਤਾਂ ਜਦੋਂ ਚੰਗੀ ਚੀਜ਼ ਆਉਂਦੀਆਂ ਉਹਨੂੰ ਐਪਰੀਸ਼ੀਏਟ ਵੀ ਕਰਦੀਆਂ ਨੇ, ਹਾਲਾਂਕਿ ਬਹੁਤ ਤਾਦਾਦ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ, ਕਿਉਂਕਿ ਥੋੜ੍ਹਾ ਜਿਹਾ ਨੈਗੇਟਿਵ ਅਸੀਂ ਹੋ ਗਏ ਹਾਂ, ਸਮਾਜ ਸਾਡਾ ਥੋੜ੍ਹਾ ਜਿਹਾ ਨੈਗੇਟਿਵ ਹੁੰਦਾ ਜਾਂਦਾ, ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹ ਜ਼ਿਆਦਾ ਪ੍ਰਮੋਟ ਹੋ ਜਾਂਦੀਆਂ ਇੱਕਦਮ। ਜਿਵੇਂ ਕੱਲ੍ਹ ਆਹ ਮਸਲਾ ਹੋਇਆ, ਜਦੋਂ ਤਾਂ
बेअदबी की गल की कि प्रीत हरपाल वालों बेअदबी हुई तो वह बहुत लोगों के सामने गई गल, पर मैं दो बारी लाइव होके स्पष्टीकरण दिता अपना कि मेरा इदा का कोई इंटेंशन नहीं सी, खाली असी फैमिली दे नाल जा रहे सीगे, बस वो गल्लां चो गल निकल गई तो असी बिना सोचे टिकटॉक से पाती और उस चीज का जो मतलब है किसी होर पासे नूं चला गया। जबकि मतलब मैं की कहां कि गुरु नानक पातशाह बारे मैं इदा कुछ बोल नहीं सकदा, मतलब मेरी बिल्कुल प्रीत इस तो एक गल तां साफ हो गई कि जिस चीज दा वड्डा इशू बन सकदा होवे या फिर धार्मिक भावनावां दे नाल जुड़िया कोई मुद्दा होवे उस ते बड़ी सोच समझ के कोई कदम जो है वो चुकना चाहिए। एक नसीहत भी है आने वाले समय लई, तुहाडे लई भी है ते होर तमाम अदाकार गायक साडे कोले ने उहनां लई भी एक नसीहत जो है वो बन जाती है। कुछ होर गीत भी ने तुहाडे इस सूची दे विच प्रीत, बहुत सोहणे गीत ने, बहुत सोहणी गीतकारी है, बहुत सोहनी शब्दावली है उन्होंने गीतों की, वह भी असं चाहवे कुछ तुहाडा फेवरेट होवे तुसी अज इस घड़ी दे विच अपने फैंस नाल सांझा करना चाहते हो तो सानू जरूर सुनाओ। बहुत सारे इदा दे गाने है जी, मैं लंबी लिस्ट है, जिवें हक दी कमाई ना ता पैंदा नी स्कूटर च तेल सजना जी, होइए राजनेता ते सवेरे ही खरीद लईए रेल सजना, वड्डा बंदा जुत्ती भी हजारां वाली पाउंदा है माड़ा सोचदा है रहिंदा कदों लगूगी दुकानां उत्ते सेल सजणा, हक दी कमाई ना तां पैंदा नी स्कूटर च तेल सजणा। फिर उस तों बाद सीगा जिन्हां पुत्तरां ने अपने ही मापे घरों कढे जदों हो जाणा उन्हां भी सियाणे पता लगू, चंद सिक्कियां ली जिहड़े लोकी वेचण समैकां जदों पीण लगे अपने न्याणे पता लगू। ਸੋ ਇੱਦਾਂ ਦੇ ਬਹੁਤ ਸਾਰੇ ਗਾਣੇ ਮੈਂ ਕਰਨ ਦੀ ਕੋਸ਼ਿਸ਼ ਕਰਦਾ ਰਹਿਣਾ, ਮਤਲਬ ਆਪਣੇ ਸਮਾਜ ਵਾਸਤੇ ਜੀ, ਔਰ ਮੈਂ ਜਦੋਂ ਇਸ ਦੁਨੀਆਂ ਤੋਂ ਜਾਵਾਂ ਤੇ ਕੁਛ ਚੀਜ਼ਾਂ ਯਾਦ ਰਹਿਣ, ਪਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੀਆਂ ਦੋ ਲਾਈਨਾਂ ਮੇਰੇ ਪੂਰੇ ਕਿੱਤੇ ਕਿਰਾਏ ਤੇ ਮੇਰੇ ਪੂਰੇ ਕੈਰੀਅਰ ਤੇ, ਮੈਂ ਜਿੰਨਾ ਵੀ ਹੁਣ ਤੱਕ ਚੰਗਾ ਗਾਇਆ ਮਾੜਾ ਗਾਇਆ ਉਹਦੇ ਤੇ ਇਹ ਦੋ ਲਾਈਨਾਂ ਭਾਰੂ ਪੈਂਦੀਆਂ ਮੈਨੂੰ ਨਜ਼ਰ ਆ ਰਹੀਆਂ, ਪਰ ਫਿਰ ਵੀ ਮੈਂ ਇਹੀ ਚਾਹਾਂਗਾ ਕਿ ਜਿੰਨੀ ਛੇਤੀ ਹੋ ਸਕਦਾ ਪਾਤਸ਼ਾਹ ਇਹਨੂੰ ਸੋਰਟ ਆਊਟ ਕਰਨ। ਬਿਲਕੁਲ, ਅਸੀਂ ਵੀ ਇਹੀ ਉਮੀਦ ਕਰਦੇ ਹਾਂ। ਪ੍ਰੀਤ, ਇਹ ਵੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ SGPC ਤੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਅਜੇ ਤੱਕ ਕਾਲ ਜਾਂ ਇਸ ਤਰ੍ਹਾਂ ਕੋਈ ਪਹੁੰਚ ਨਹੀਂ ਕੀਤੀ ਗਈ, ਜੇ ਉਹਨਾਂ ਵੱਲੋਂ ਕੁਛ ਕਾਲ ਆਉਂਦਾ ਹੈ ਜਾਂ ਮਾਫ਼ੀ ਮੰਗਣ, ਤੁਸੀਂ ਫਿਰ ਉੱਥੇ ਪਹੁੰਚੋਗੇ? ਬਿਲਕੁਲ ਪਹੁੰਚਾਂਗੇ, ਔਰ ਇੱਥੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਸਲਾ, ਮੈਂ ਤੇ ਜਿੱਥੇ ਮੇਰੇ ਗੁਰੂ ਆ ਗਏ ਤਾਂ ਮਾਫ਼ੀ ਛੋਟੀ ਗੱਲ ਹੈ, ਮੈਂ ਨੱਕ ਰਗੜਨ ਨੂੰ ਵੀ ਤਿਆਰ ਹਾਂ ਕਿਉਂਕਿ ਮਤਲਬ ਇਹ ਇਲਜ਼ਾਮ ਲੈ ਕੇ ਮੈਂ ਜੀ ਨਹੀਂ ਸਕਦਾ ਜਿਹੜਾ ਇਲਜ਼ਾਮ ਲੱਗ ਗਿਆ ਨਾ ਜੀ। छोटी गल जो वड्डी कर लैने, देखो टिकटॉक बनाई मैं अद्धे घंटे पौने घंटे मैं डिलीट भी करती, जे उत्थे गल रह जांदी ते इन्ना कुछ इन्ना बखेड़ा, क्योंकि असीं वड्डी कर लैंदे आ कई वारी गल नूं।